ਪੰਜਾਬ ਵਿੱਚ ਸਰਕਾਰ ਵੱਲੋਂ ਵੱਖ ਵੱਖ ਵਸਤਰਾਂ 'ਤੇ ਲਾਏ ਗਏ ਗਊ ਸੈਸ ਤੋਂ ਬਾਅਦ ਵੀ ਅਵਾਰਾ ਪਸ਼ੂਆਂ ਦੀ ਸਾਂਭ ਨਾ ਕਰਨ ਅਤੇ ਅਵਾਰਾ ਪਸ਼ੂਆਂ ਵੱਲੋਂ ਕਿਸਾਨਾਂ ਦੀਆਂ ਫਸਲਾਂ ਦਾ ਵੱਡੇ ਪੱਧਰ 'ਤੇ ਉਜਾੜਾ ਕੀਤੇ ਜਾਣ ਦੇ ਵਿਰੋਧ ਵਿੱਚ ਅੱਜ BKU ਲੱਖੋਵਾਲ ਵੱਲੋਂ ਫਰੀਦਕੋਟ ਜ਼ਿਲ੍ਹਾ ਪੱਧਰੀ ਧਰਨਾ ਦਿੱਤਾ ਗਿਆ ਅਤੇ ਅਵਾਰਾ ਪਸ਼ੂ ਪ੍ਰਸ਼ਾਸਨ ਹਵਾਲੇ ਕੀਤੇ ਗਏ। ਅਵਾਰਾ ਪਸ਼ੂਆਂ ਨੇ ਸਾਨੂੰ ਬਹੁਤ ਤੰਗ ਕੀਤਾ ਹੋਇਆ। ਪੰਜਾਬ 'ਚ 100-100 ਦਾ ਝੁੰਡ ਫਿਰਦਾ ਅਤੇ ਜਿਹਦੇ ਖੇਤ 'ਚ ਵੜ ਜਾਂਦਾ ਉਹਦਾ ਉਜਾੜਾ ਕਰਕੇ ਖਤਮ ਕਰ ਦਿੰਦਾ ਅਤੇ ਉਹ ਕਿਸਾਨ ਦਾ ਖਰਚਾ ਵੀ ਨਹੀਂ ਪੂਰਾ ਹੁੰਦਾ, ਉਹਨੂੰ ਫਿਰ ਜਾਂ ਪੈਸੇ ਨਾ ਮਿਲੇ ਤਾਂ ਉਹਨੂੰ ਸੁਇਸਾਈਡ ਕਰਨਾ ਪੈਂਦਾ। ਇੱਥੇ ਹੀ ਗੱਲ ਨਹੀਂ, ਸੜਕਾਂ 'ਤੇ ਇੰਨੇ ਐਕਸੀਡੈਂਟ ਇਹਨਾਂ ਕਰਕੇ ਹੋ ਰਹੇ ਆ, ਰੋਜ਼ ਚੈਨਲਾਂ ਰਾਹੀਂ ਅਖਬਾਰਾਂ ਰਾਹੀਂ ਪੜ੍ਹਦੇ ਹਾਂ ਵੀ ਮੂਹਰੇ ਪਸ਼ੂ ਆ ਗਿਆ ਜੀ, ਐਕਸੀਡੈਂਟ ਹੋ ਗਿਆ। ਇਸੇ ਤਰ੍ਹਾਂ ਇੱਕ ਕਿਸਾਨ ਨੇ ਸਾਡਾ ਜ਼ਿਲ੍ਹਾ ਲੁਧਿਆਣੇ ਦਾ ਪ੍ਰਧਾਨ ਤੇ ਉਹਦੇ ਖੇਤ 'ਚ ਟੱਕਰ ਮਾਰ ਕੇ ਮਾਰਤਾ। ਇਵੇਂ ਜਿਵੇਂ ਇੱਥੇ ਡੰਗਰਾਂ ਦਾ ਉਵੇਂ ਕੁੱਤਿਆਂ ਦਾ ਹਾਲ ਹੈ ਜੀ, ਕੋਈ ਘਰੋਂ ਬਾਹਰ ਨਹੀਂ ਨਿਕਲ ਸਕਦਾ ਪਿੰਡਾਂ 'ਚ। ਅਤੇ ਨਾਲੇ ਆਹ ਸਾਡੇ 'ਤੇ ਇਹਨਾਂ ਨੇ ਕੇਸ ਆ, ਤੁਸੀਂ ਪੋਲਿਊਸ਼ਨ ਪੈਦਾ ਕਰਦੇ ਹੋ ਜੀ। ਪੋਲਿਊਸ਼ਨ ਤਾਂ ਪਹਿਲਾਂ ਸਾਡੇ ਘਰ ਜਾਂਦੀ ਹੈ, ਜਾ ਕੇ ਲਾਉਂਦੇ ਹਾਂ, ਦਿੱਲੀ ਥੋੜ੍ਹਾ ਜਾ ਵੜਦੀ ਹੈ ਪੋਲਿਊਸ਼ਨ। ਅਤੇ ਇਹਨਾਂ ਨੇ ਗ੍ਰੀਨ ਟ੍ਰਿਬਿਊਨਲ ਦੀਆਂ ਗੱਲਾਂ ਨਹੀਂ ਮੰਨੀਆਂ ਅਤੇ ਸਾਡੇ 'ਤੇ ਕੇਸ ਬਣਾ ਦਿੱਤੇ। ਉਹ ਵੀ ਸਾਡੀ ਮੰਗ ਆ ਵੀ ਸਾਰੇ ਜਿੰਨੇ ਕੇਸ ਬਣੇ ਆ ਵਿਦਿਆ ਕਰੋ, ਕਿਸੇ ਕੋਈ ਅਸੀਂ ਜੁਰਮਾਨਾ ਨਹੀਂ ਦੇਵਾਂਗੇ, ਕਿਸੇ ਨੂੰ ਜੇਲ੍ਹ ਨਹੀਂ ਕੱਟਣ ਦੇਵਾਂਗੇ। ਜੇ ਕਿਸੇ ਨੂੰ ਫੜ ਕੇ ਜੇਲ੍ਹ ਦੇਣਗੇ ਉੱਥੋਂ ਹੀ ਅਸੀਂ ਮੋਰਚਾ ਸ਼ੁਰੂ ਕਰ ਦਾਂਗੇ। ਤੁਸੀਂ ਆਪਣੇ ਸੰਬੋਧਨ ਦੇ ਵਿੱਚ ਕਿਹਾ ਸੀਗਾ ਕਿ ਪੰਜਾਬ ਸਰਕਾਰ ਨੇ ਮੰਡੀ ਬੋਰਡ ਨੂੰ ਜਿਹੜਾ ਹੈਗਾ ਗਹਿਣੇ ਪਾ ਦਿੱਤਾ ਹੈਗਾ, ਕੀ ਮਸਲਾ ਜੀ, ਕੀ ਸਾਰਾ ਮਾਮਲਾ ਕੀ ਹੈ? ਦੇਖੋ ਜੀ, ਮੈਨੂੰ ਬਹੁਤਾ ਨਹੀਂ ਪਤਾ, ਮੈਂ ਤਾਂ ਅਖਬਾਰਾਂ 'ਚ ਪੜ੍ਹਿਆ, ਮੈਂ ਇਹਦਾ ਚੇਅਰਮੈਨ ਰਿਹਾ। ਮੈਨੂੰ ਉਸ ਵੇਲੇ ਦੀ ਸਰਕਾਰ ਨੇ ਕਿਹਾ ਸੀ ਵੀ 500 ਕਰੋੜ ਕਰਜ਼ਾ ਲੈ ਲਓ, ਮੈਂ ਕਿਹਾ ਜੀ 300 ਕਰੋੜ ਦੀ ਕਿਸ਼ਤ ਮੈਂ ਲਾ ਸਕਦਾ, ਮੈਂ ਮੰਡੀ ਬੋਰਡ ਗਹਿਣੇ ਨਹੀਂ ਕਰਨਾ। 300 ਕਰੋੜ ਲਿਆ ਸੀ, ਕਿਸ਼ਤਾਂ ਉਹਦੀਆਂ ਲੈਂਦੀਆਂ ਸੀ, ਔਰ ਜਿੰਨੇ ਮੁਲਾਜ਼ਮਾਂ ਮੰਡੀ ਬੋਰਡ ਦੇ 3 ਤਰੀਕ ਤੋਂ ਪਹਿਲਾਂ ਹਰੇਕ ਨੂੰ ਤਨਖਾਹ ਮਿਲਦੀ ਸੀ ਔਰ ਮੁਨਾਫੇਬੰਦ ਅਦਾਰਾ ਸੀਗਾ। ਸੁਪਰੀਮ ਕੋਰਟ ਨੇ ਕਿਹਾ ਸੀ ਵੀ ਜਿਹਨੇ ਪਰਾਲੀ ਖੇਤ ਪਾਉਣੀ ਉਹਨੂੰ 2500 ਰੁਪਈਆ ਦਿਓ, ਇਹਨਾਂ ਨੇ ਦਿੱਤਾ ਨਹੀਂ, ਸਾਨੂੰ ਅੱਗ ਲਾਉਣੀ ਪੈ ਗਈ। ਉਹ ਜਿਹੜੇ ਕੇਸ ਆ ਅਸੀਂ ਉਹ ਚੱਲਣ ਨਹੀਂ ਦਿਆ। ਫਰੀਦਕੋਟ ਦੇ ਧਰਨੇ ਵਿੱਚ ਕਿਸਾਨਾਂ ਦੀ ਮਸ ਜਿਹੜੀ ਹੈਗੀ ਹੈ ਗਿਣਤੀ ਬਹੁਤ ਘੱਟ ਦਿਖੀ ਹੈ, ਕੀ ਲੱਗਦਾ? ਦੇਖੋ, ਸਵੇਰੇ ਕਾਫੀ ਕਿਸਾਨ ਸੀ, ਨੌਜਵਾਨ ਵੀ ਸੀਗੇ, ਕਿਉਂਕਿ ਇਹ ਤੋਂ ਪਹਿਲਾਂ ਮੈਂ ਇੱਕ ਹੋਰ ਫੰਕਸ਼ਨ 'ਤੇ ਸੀ, ਇਹ ਗਲਤੀ ਨਹੀਂ ਕਰਾਂਗੇ। ਕੱਲ੍ਹ ਵੀ ਲੇਟ ਸਾਡਾ ਫੰਕਸ਼ਨ ਮੁੱਕਿਆ, ਇੱਕ ਮੇਰਾ ਫੰਕਸ਼ਨ ਸੀ ਮੁਕਤਸਰ, ਮੈਂ ਉੱਥੋਂ ਆਇਆ, ਇਸ ਕਰਕੇ ਲੇਟ ਹੋ ਗਏ ਲੋਕ ਉੱਠ ਕੇ। ਕਿਸਾਨਾਂ ਨੇ ਜਿਹੜਾ ਅਵਾਰਾ ਪਸ਼ੂ ਨੇ ਜਿਹੜੇ ਇਹਨਾਂ ਦੀ ਫਸਲਾਂ ਬਰਬਾਦ ਕਰਦੇ ਨੇ, ਉਹਨਾਂ ਬਾਰੇ ਸਾਡੇ ਧਿਆਨ ਵਿੱਚ ਲਿਆਂਦੀ ਗੱਲ, ਅਸੀਂ ਪ੍ਰਸ਼ਾਸਨ ਪਹਿਲਾਂ ਹੀ ਜਾਣਦਾ, ਸਰਕਾਰੀ ਗਊਸ਼ਾਲਾ ਵੀ ਬਣਾਈ ਹੋਈ ਹੈ, ਅਸੀਂ ਉਹ ਐਕਸਟੈਂਡ ਕਰ ਰਹੇ ਹਾਂ ਅਜੇ। ਉਸ ਤੋਂ ਬਾਅਦ ਉੱਥੇ ਵਾਧੂ ਹੋਰ ਪਸ਼ੂ ਜਿਹੜੇ ਨੇ ਉਹ 25 ਏਕੜ ਦੇ ਵਿੱਚ ਸਾਡੇ ਕੋਲ ਗਊਸ਼ਾਲਾ ਹੈਗੀ ਆ, ਔਰ ਜਦੋਂ ਇੱਕ ਹੋਰ ਸ਼ੈੱਡ ਬਣ ਗਿਆ ਤਾਂ ਸਾਰੇ ਪਸ਼ੂ ਜਿਹੜੇ ਨੇ ਉੱਥੇ ਐਡਜਸਟ ਕਰਿਆ ਕਰਾਂਗੇ। ਇਹਨਾਂ ਨਾਲ ਅਸੀਂ ਭਰੋਸਾ ਦਵਾਇਆ, ਉਹ ਗ੍ਰਾਂਟ ਵਗੈਰਾ ਅਸੀਂ ਮੰਗੀ ਹੈ, ਜਦੋਂ ਵੱਧ ਗਈ ਤਾਂ ਸਾਰੇ ਪਸ਼ੂ ਰਜਿਸਟਰ ਹੋਣਗੇ। ਇਹ ਅਸੀਂ ਅਲੱਗ ਅਲੱਗ ਗਊਸ਼ਾਲਾ ਵਿੱਚ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ। ਜਗਤਾਰ ਦੁਸਾਂਝ ਦੀ ਰਿਪੋਰਟ, TVNRI।